ਮਾਨਯੋਗ ਪ੍ਰਧਾਨੀ ਮੰਡਲ ਦੇ ਸਹਿਯੋਗ ਪ੍ਰਧਾਨ ਸਾਹਿਬ ਅਤੇ ਪੀ ਸਾਹਿਬ ਅਤੇ ਸਮੂਹ ਹਾਜ਼ਰ ਨੇ, ਅਤੇ ਸਭ ਤੋਂ ਪਹਿਲਾਂ ਮੈਂ ਆਪਣੇ ਪਰਮ ਮਿੱਤਰ ਪ੍ਰਸਿੱਧ ਕਵੀ ਹਰਭਜਨ ਸਿੰਘ ਮਾਂਟ ਨੂੰ ਇਹਨਾਂ ਦੀ ਤਰਵੀਜ਼ ਹੋਈ ਪੁਸਤਕ 'ਤੇ ਮੁਬਾਰਕਬਾਦ ਦਿੰਦਾ, ਅਤੇ ਡਾਕਟਰ ਬਲਵੀਰ ਸਿੰਘ ਪੁੰਨੀ ਜੀ ਵੱਲੋਂ ਲਿਖਿਆ ਹੋਇਆ ਪਰਚਾ ਜਿਹਨੂੰ ਪੜ੍ਹਨ ਦੀ ਮੇਰੀ ਜ਼ਿੰਮੇਵਾਰੀ ਲੱਗੀ ਹੈ ਉਹ ਮੈਂ ਸ਼ੁਰੂ ਕਰਦਾ। ਹਰਭਜਨ ਸਿੰਘ ਮਾਂਟ ਦੀ ਕਾਵਿ ਚੇਤਨਾ। ਹਰਭਜਨ ਸਿੰਘ ਮਾਂਟ ਬਾਰੇ ਕਿਹਾ ਜਾਂਦਾ ਹੈ ਕਿ ਉਹ ਨਿੱਕੀ ਨਜ਼ਮ ਦਾ ਵੱਡਾ ਕਵੀ ਹੈ। ਉਸਦਾ ਸੰਬੰਧ ਛੋਟੇ ਕਵੀ ਤੋਂ ਵੱਡੇ ਕਵੀ ਪ੍ਰੋਫੈਸਰ ਮੋਹਨ ਸਿੰਘ ਅਤੇ ਅੰਮ੍ਰਿਤਾ ਪ੍ਰੀਤਮ ਤੱਕ ਰਿਹਾ ਹੈ। ਉਹ ਇਹਨਾਂ ਦੋਹਾਂ ਕਵੀਆਂ ਨੂੰ ਆਪਣੀ ਪ੍ਰੇਰਣਾ ਸਰੋਤ ਵੀ ਮੰਨਦਾ ਹੈ, ਜਿਵੇਂ ਪ੍ਰੋਫੈਸਰ ਮੋਹਨ ਸਿੰਘ ਨੇ ਆਪਣੀ ਸਵਰਗਵਾਸੀ ਪਤਨੀ ਬਸ਼ੰਤ ਦੀ ਯਾਦ ਵਿੱਚ ਕਵਿਤਾ ਲਿਖਣੀ ਸ਼ੁਰੂ ਕੀਤੀ ਸੀ ਅਤੇ ਵੱਡਾ ਕਵੀ ਬਣ ਗਿਆ ਸੀ। ਇਸੇ ਤਰ੍ਹਾਂ ਦਾ ਕੁਝ ਹੀ ਮਾਂਟ ਨਾਲ ਜੀ ਵੀ ਵਾਪਰਿਆ ਹੈ। ਉਹ ਵੀ ਕਿਸੇ ਦੇ ਪਿਆਰ ਤੋਂ ਪ੍ਰੇਰਿਤ ਹੋ ਕੇ 1953 ਤੋਂ ਕਵਿਤਾ ਲਿਖ ਰਿਹਾ ਹੈ, ਜਦ ਉਹ ਫਾਜ਼ਿਲਕਾ ਬੰਗਲੇ ਵਿਖੇ ਰਹਿੰਦਾ ਸੀ ਜਿੱਥੇ ਉਹਦੇ ਪਿਤਾ ਫੌਜ ਵਿੱਚ ਨੌਕਰੀ ਕਰ ਰਹੇ ਸਨ। ਅਤੇ ਮਾਂਟ ਸਾਹਿਬ ਦੀ ਪਹਿਲੀ ਕਵਿਤਾ ਦੀਆਂ ਕੁਝ ਲਾਈਨਾਂ ਸਨ, ਅੱਖੀਆਂ ਤੱਕਣਾ ਰੱਜੀਆਂ ਮੇਰੇ ਹੋਰ ਤੱਕਣ ਨੂੰ ਜੀ ਕਰਦਾ, ਇਹ ਉਸਦੀ ਕਵਿਤਾ ਦਾ ਮੁੱਖ ਵਾਕ ਸੀ। ਫਿਰ ਚੱਲੋ ਚੱਲ ਜਦੋਂ ਫੌਜ ਵਿੱਚ ਭਰਤੀ ਹੋਇਆ ਤਾਂ ਉਸਦਾ ਬਾਗੀ ਤਖਾਲਸ ਦੇ ਨਾਂ ਹੇਠ ਲਿਖਿਆ ਜਾਂਦਾ ਸੀ, ਪਰ ਉਹ ਤਖਾਲਸ ਫੌਜੀ ਜੀਵਨ ਵਿੱਚ ਅੜਚਣ ਬਣਦਾ ਸੀ, ਇਸ ਕਰਕੇ ਉਹਨਾਂ ਨੇ ਆਪਣੇ ਨਾਂ ਨਾਲ ਮਾਂਟ ਜੋੜ ਲਿਆ। ਉਹ 1968 ਤੋਂ ਆਲ ਇੰਡੀਆ ਰੇਡੀਓ ਦੇ ਮਾਨਤਾ ਪ੍ਰਾਪਤ ਕਵੀ ਰਹੇ ਹਨ। ਉਹਨਾਂ ਨੇ ਗੀਤ, ਗਜ਼ਲ ਅਤੇ ਕਵਿਤਾਵਾਂ ਲਿਖੀਆਂ ਹਨ। ਉਹਨਾਂ ਨੇ ਨਾਟਕ ਵੀ ਲਿਖੇ ਹਨ ਅਤੇ ਅਨੁਵਾਦ ਵੀ ਕੀਤੇ ਹਨ ਅਤੇ ਆਲੋਚਨਾ ਵੀ ਕੀਤੀ ਹੈ। ਉਹਨਾਂ ਦੀਆਂ ਰਚਨਾਵਾਂ ਦੇਸ਼ ਵਿਦੇਸ਼ ਵਿੱਚ ਛਪਦੀਆਂ ਰਹਿੰਦੀਆਂ ਹਨ। ਉਹਨਾਂ ਨੂੰ ਭਾਸ਼ਾ ਵਿਭਾਗ ਪੰਜਾਬ ਵੱਲੋਂ ਸਨਮਾਨਿਤ ਵੀ ਕੀਤਾ ਗਿਆ ਹੈ ਅਤੇ ਉਹਨਾਂ ਦੇ ਅਨੇਕਾਂ ਗੀਤਕਾਰਾਂ ਨੇ ਗੀਤ ਗਾਏ ਹਨ। ਪ੍ਰਮੁੱਖ ਹਨ ਗਾਇਕ ਆਸਾ ਸਿੰਘ ਮਸਤਾਨਾ, ਸੀਤਾ ਮਹਿਰਾ, ਸਰਨ ਅਰੋੜਾ, ਰਛਪਾਲ ਸਿੰਘ ਪਾਲ, ਜਗਜੀਤ ਜੀਰਵੀਰ, ਚੰਨ ਸਾਹ ਕੋਟੀ, ਬੀਬਾ ਜਸਵੰਤ ਆਦਿ। ਉਹਨਾਂ ਦੇ ਕਾਵਿ ਸੰਗ੍ਰਹਿ ਚੁੱਪ ਦੀ ਦਹਿਲੀਜ਼, ਮਨ ਦੀ ਛਾਵੇਂ, ਹਾਸੇ ਅਤੇ ਜ਼ਿੰਦਗੀ, ਰਾਖੇ, ਮਹਿਕਾਂ, ਚੁੱਪ, ਚਿਰਾਗਾਂ, ਇਸ ਤੋਂ ਬਿਨਾਂ ਉਹਨਾਂ ਪ੍ਰਦੇਸੀ ਕਲਮਾਂ ਅਤੇ ਪ੍ਰਦੇਸੀ ਪੰਜਾਬੀ ਪੁਸਤਕਾਂ ਸੰਪਾਦਿਤ ਕੀਤੀਆਂ ਹਨ। ਉਹਨਾਂ ਇੱਕ ਬਾਲ ਕਹਾਣੀ ਸੰਗ੍ਰਹਿ ਹੰਕਾਰੀ ਰਾਜਾ ਵੀ ਲਿਖਿਆ ਹੈ। ਹਰਭਜਨ ਸਿੰਘ ਮਾਂਟ ਦਾ ਜਨਮ 13 ਮਈ 1934 ਨੂੰ ਸਰਦਾਰ ਗੁਰਬਚਨ ਸਿੰਘ ਮਾਂਟ ਦੇ ਘਰ ਹੋਇਆ। ਉਹਨਾਂ ਨੇ MA ਕੀਤੀ, ਫੌਜ ਦੀ ਨੌਕਰੀ ਤੋਂ ਸੇਵਾ ਮੁਕਤ ਹੋਣ ਪਿੱਛੋਂ ਉਹਨਾਂ ਸਿਵਲ ਦੀ ਨੌਕਰੀ ਪ੍ਰਾਪਤ ਕਰ ਲਈ। ਉੱਥੋਂ ਫਿਰ ਸੇਵਾ ਮੁਕਤ ਹੋਣ ਪਿੱਛੋਂ ਮਾਂਟ ਪਿਛਲੇ ਕੁਝ ਸਾਲਾਂ ਤੋਂ ਕਨੇਡਾ ਵਿੱਚ ਆਪਣੀ ਛੋਟੀ ਬੇਟੀ ਹਰਪ੍ਰੀਤ ਕੋਲ ਰਹਿ ਰਹੇ ਹਨ ਅਤੇ ਉਹਨਾਂ ਦਾ ਇੱਕ ਜੁਆਏ ਨਰਿੰਦਰ ਭਦੇੜ ਦੁਬਈ ਵਿੱਚ ਰਹਿੰਦਾ ਹੈ। ਮਾਂਟ ਨੂੰ ਕਨੇਡਾ ਵਿੱਚ ਭਾਵੇਂ ਥੋੜ੍ਹਾ ਸਮਾਂ ਹੋਇਆ ਪਰ ਉਹਨਾਂ ਇੱਥੋਂ ਦੀ ਜੀਵਨ ਸ਼ੈਲੀ ਅਤੇ ਖਾਸ ਕਰਕੇ ਪੰਜਾਬੀਆਂ ਦੀ ਜੀਵਨ ਸ਼ੈਲੀ ਨੂੰ ਬੜਾ ਨੇੜੇ ਹੋ ਕੇ ਦੇਖਿਆ ਹੈ। ਕਨੇਡਾ ਵਿਚਲੇ ਅਨੁਭਵ ਨੂੰ ਹੀ ਉਹਨਾਂ ਮਨ ਦੀ ਛਾਵੇ ਕਾਵਿ ਸੰਗ੍ਰਹਿ ਵਿੱਚ ਪ੍ਰਸਤੁਤ ਕੀਤਾ ਹੈ। ਇਸ ਬਾਰੇ ਅਸੀਂ ਅੱਗੇ ਜਾ ਕੇ ਵਿਸਥਾਰ ਨਾਲ ਵਿਸ਼ਲੇਸ਼ਣ ਕਰਾਂਗੇ। ਇਸ ਵਿੱਚ ਕੋਈ ਦੋ ਰਾਵਾਂ ਨਹੀਂ ਹਨ ਕਿ ਮਾਂਟ ਦਾ ਪੰਜਾਬੀ ਵਿੱਚ 94 ਕਵੀਆਂ ਵਿੱਚ ਨਾਂ ਆਉਂਦਾ ਹੈ। ਉਹਦੀ ਕਾਵਿ ਸਿਰਜਣਾ ਬਾਰੇ ਪ੍ਰੋਫੈਸਰ ਮੋਹਨ ਸਿੰਘ, ਅੰਮ੍ਰਿਤਾ ਪ੍ਰੀਤਮ, ਦਵਿੰਦਰ ਸਤਿਆਰਥੀ, ਸੰਤ ਸਿੰਘ ਸੇਖੋਂ, ਡਾਕਟਰ ਹਰਭਜਨ ਸਿੰਘ, ਰਾਮ ਸਰੂਪ ਬਣਖੀ, ਗੁਰਦੇਵ ਸਿੰਘ ਮਾਨ ਆਦਿ ਨੇ ਬਹੁਮੁੱਲੀਆਂ ਟਿੱਪਣੀਆਂ ਕੀਤੀਆਂ। ਉਹਨਾਂ ਦੀ ਇੱਕ ਕਵਿਤਾ ਬਾਰੇ ਦਵਿੰਦਰ ਸਤਿਆਰਥੀ ਨੇ ਲਿਖਿਆ ਹੈ, ਤੁਹਾਡੀ ਕਵਿਤਾ ਸੋਨੇ ਦੀ ਪੱਗ ਬੰਨ੍ਹ ਕੇ ਡੁੱਬਿਆ ਸਾਮਰਾਜ ਦਾ ਸੂਰਜ ਤੁਹਾਨੂੰ ਸਰਸਵਤੀ ਦਾ ਸੱਚਾ ਆਸ਼ੀਰਵਾਦ ਕਰਦੀ ਹੈ। ਇਸੇ ਤਰ੍ਹਾਂ ਦੇ ਵਿਚਾਰ ਪ੍ਰੋਫੈਸਰ ਮੋਹਨ ਸਿੰਘ ਨੇ 5 ਦਰਿਆ ਵਿੱਚ ਪ੍ਰਗਟ ਕੀਤੇ ਹੋਏ ਸਨ। ਤੁਹਾਡੀਆਂ ਕਵਿਤਾਵਾਂ ਸਮਾਜਵਾਦੀ ਵਿਚਾਰਧਾਰਾ ਦੇ ਪੂਰੀਆਂ ਉਤਰਦੀਆਂ ਹਨ। ਕਵਿਤਾਵਾਂ ਵਿੱਚ ਮੌਲਿਕਤਾ ਹੈ ਅਤੇ ਵਿਚਾਰ ਅਗਰਾਮੀ। ਮਾਂ ਨੂੰ ਕਨੇਡਾ ਦੇ ਭਾਵੇਂ ਥੋੜ੍ਹਾ ਸਮਾਂ ਹੋਇਆ ਪਰ ਉਹਨਾਂ ਨੇ ਆਪਣੀ ਕਵਿਤਾ ਵਿੱਚ ਇੱਥੋਂ ਦੀ ਜ਼ਿੰਦਗੀ ਦੇ ਵਿਭਿੰਨ ਪਹਿਲੂਆਂ ਨੂੰ ਆਪਣੀ ਕਵਿਤਾ ਵਿੱਚ ਪ੍ਰਸਤੁਤ ਕੀਤਾ ਹੈ। ਇੱਥੋਂ ਦੀ ਰੁਝੇਵਿਆਂ ਭਰੀ ਜ਼ਿੰਦਗੀ ਬਾਰੇ ਲਿਖਦਾ ਹੈ, ਵਿੱਚ ਕਨੇਡਾ ਕਾਹਦਾ ਜੀਨ, ਫੋਨ ਬਿਨਾਂ ਅਤੇ ਕਾਰ ਬਿਨਾਂ, ਇੱਥੋਂ ਦੇ ਵਿਅਕਤੀ ਅਹਿਮ ਲੋੜ ਹੈ ਨਾ ਕਿ ਐਸ ਪ੍ਰਸਤੀ। ਜਿੱਥੇ ਇੱਥੋਂ ਦਾ ਜੀਵਨ ਰੁਝੇਵਿਆਂ ਭਰਿਆ ਹੈ ਉੱਥੇ ਇੱਥੋਂ ਦੇ ਸੁੱਖਾਂ ਦਾ ਵੀ ਵਰਣਨ ਕਰਦਾ ਹੈ ਕਿ ਇੱਥੇ ਬਜ਼ੁਰਗਾਂ ਨੂੰ ਕਿੰਨੀਆਂ ਸਹੂਲਤਾਂ ਹਨ। 90 ਸਾਲਾਂ ਦਾ ਬਾਬਾ ਚੜ ਗਿਆ ਵਾਪਸ ਪਾਸ ਫੜ ਕੇ ਹੱਥ ਵਿੱਚ, ਦੇਖੋ ਫਰੀ ਦਾ, ਸਖ਼ਤ ਮਿਹਨਤ ਕਰਨੀ ਪੈਂਦੀ ਹੈ ਅਤੇ ਹੋਰ ਅਨੇਕਾਂ ਘਰੇਲੂ ਅਤੇ ਸਮਾਜਿਕ ਸਮੱਸਿਆਵਾਂ ਦਰਪੇਸ਼ ਹਨ। ਫਿਰ ਵੀ ਉਹ ਵਿਅਕਤੀ ਕਨੇਡਾ ਨੂੰ ਛੱਡ ਕੇ ਜਾਣ ਲਈ ਤਿਆਰ ਨਹੀਂ ਹੁੰਦਾ। ਉਸਦਾ ਕਾਰਨ ਮਾਂਟ ਨੇ ਬੜਾ ਖੂਬਸੂਰਤ ਦਿੱਤਾ ਹੈ,
ਕੀੜਾ ਛੱਡ ਕੇ ਜਾਵੇ ਸੁੱਖ ਪ੍ਰਦੇਸ਼ਾਂ ਦੇ, ਰੋਜ਼ ਫਲਾਈਟ ਆਵੇ ਸੁੱਖ ਪ੍ਰਦੇਸ਼ਾਂ ਦੇ, ਸਿਫਟਾਂ ਉੱਤੇ ਸਿਫਟਾਂ ਬੰਦਾ ਲਾਉਂਦਾ ਹੈ, ਡਾਲਰ ਰੋਜ਼ ਕਮਾਵੇ ਸੁੱਖ ਪ੍ਰਦੇਸ਼ਾਂ ਦੇ, ਬੱਚੇ ਵੀ ਤਾਂ ਪੀਜ਼ਾ ਪੀਜ਼ਾ ਕਰਦੇ ਨੇ, ਖੁਦ ਹੀ ਪੀਜ਼ਾ ਖਾਵੇ ਸੁੱਖ ਪ੍ਰਦੇਸ਼ਾਂ ਦੇ, ਐਵੇਂ ਕਾਵਾਂ ਰੌਲੀ ਮਿੱਤਰ ਪਾਉਂਦੇ ਨੇ, ਕਿਹੜਾ ਵਾਪਸ ਜਾਵੇ ਸੁੱਖ ਪ੍ਰਦੇਸ਼ਾਂ ਦੇ। ਜਿੱਥੇ ਮਾਰਕਟ ਨੇ ਇੱਥੋਂ ਦੇ ਸੁੱਖਾਂ ਦਾ ਵਰਣਨ ਕੀਤਾ ਹੈ, ਉੱਥੇ ਪੰਜਾਬੀ ਸਮਾਜ ਵਿੱਚ ਤਿੜਕ ਰਹੇ ਪਰਿਵਾਰਕ ਰਿਸ਼ਤਿਆਂ ਵਿੱਚ ਆਈਆਂ ਤਲੇੜਾਂ ਦਾ ਵੀ ਵਰਣਨ ਕੀਤਾ ਹੈ। ਤਲਾਕ ਵਰਗੀ ਭਿਆਨਕ ਬਿਮਾਰੀ ਬਾਰੇ ਪੰਜਾਬੀ ਸਮਾਜ ਵਿੱਚ ਵੱਧ ਰਹੀ ਹੈ, ਜਿਸ ਤੋਂ ਮਾਪੇ ਚਿੰਤਤ ਹਨ। ਇੱਥੋਂ ਦੇ ਵਿਆਹ ਪ੍ਰਬੰਧ ਅਤੇ ਬਿਆਨ ਕਰਦਾ ਮਾਰਕਟ ਲਿਖਦਾ ਹੈ, ਸ਼ਾਦੀ ਨਾਲ ਤਲਾਕ ਦੇ ਕਾਗਜ਼ ਜੇਬ ਵਿੱਚ ਪਾ ਕੇ ਰੱਖੀ, ਐਵੇਂ ਨਾ ਕਿਧਰੇ ਲੈ ਬੈਠੀ, ਜੋਸ਼ ਵਿੱਚ ਆ ਕੇ ਲਾਵਾਂ। ਪੰਜਾਬੀ ਸੱਭਿਆਚਾਰ ਵਿੱਚ ਵਿਆਹ ਨੂੰ ਇੱਕ ਪਵਿੱਤਰ ਬੰਧਨ ਸਮਝਿਆ ਜਾਂਦਾ ਹੈ। ਪਰਿਵਾਰ ਇੱਕ ਅਜਿਹਾ ਯੂਨਿਟ ਹੈ ਜੋ ਵਿਅਕਤੀ ਦੇ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ। ਇਸ ਕਰਕੇ ਕਦੇ ਕਿਹਾ ਜਾਂਦਾ ਸੀ ਝੱਟ ਮੰਗਣੀ ਪਟਕ ਵਿਆਹ, ਪਰ ਕੈਨੇਡੀਅਨ ਪੰਜਾਬੀ ਸਮਾਜ ਵਿੱਚ ਇਸ ਦੇ ਉਲਟ ਹੋ ਰਿਹਾ ਹੈ, ਝੱਟ ਵਿਆਹ ਅਤੇ ਪਟਕ ਤਲਾਕ। ਸਾਡੇ ਬੱਚੇ ਆਪਣੀ ਭਾਸ਼ਾ ਅਤੇ ਸੱਭਿਆਚਾਰ ਤੋਂ ਦੂਰ ਹੋ ਰਹੇ ਨੇ, ਇਸ ਗੱਲ ਦਾ ਝੋਰਾ ਹਰ ਪੰਜਾਬੀ ਨੂੰ ਖਾ ਰਿਹਾ ਹੈ। ਭਾਵੇਂ ਹੁਣ ਪਹਿਲਾਂ ਵਾਲੇ ਹਾਲਾਤ ਨਹੀਂ ਹਨ, ਕੈਨੇਡੀਅਨ ਪੰਜਾਬੀ ਬੱਚਿਆਂ ਨੂੰ ਸੱਭਿਆਚਾਰਕ ਮੇਲਿਆਂ ਵਿੱਚ ਸ਼ਿਰਕਤ ਕਰਨੀ ਸ਼ੁਰੂ ਕਰ ਦਿੱਤੀ ਹੈ, ਸਕੂਲਾਂ ਵਿੱਚ ਪੰਜਾਬੀ ਪੜ੍ਹਾਉਣ ਦੇ ਪ੍ਰਬੰਧ ਵੀ ਹੋ ਰਹੇ ਹਨ। ਇਸ ਬਾਰੇ ਕੁਝ ਲਈ ਮਾਪਿਆਂ ਅਤੇ ਬੱਚਿਆਂ ਦਾ ਆਪਸੀ ਸਹਿਯੋਗ ਅਤੇ ਮਿਲਵਰਤਨ ਦਾ ਹੋਣਾ ਜ਼ਰੂਰੀ ਹੈ। ਮਾਪਿਆਂ ਨੂੰ ਮਾਰਕਟ ਇੱਕ ਸੁਨੇਹਾ ਦੇ ਰਿਹਾ ਹੈ, 21ਵੀਂ ਸਦੀ ਦੀ ਕਹਾਣੀ ਸੁਣਾਓ ਕਿ ਭਰਮਾਂ ਪਖੰਡਾਂ ਤੋਂ ਬਚੋ ਅਤੇ ਬਚਾਓ, ਕਿ ਬਾਲਾਂ ਨੂੰ ਵਿੱਦਿਆ ਉਚੇਰੀ ਪੜ੍ਹਾਓ, ਕਿ ਵਿਰਸੇ ਤੋਂ ਆਪਣੇ ਵੀ ਜਾਣੂ ਕਰਾਓ, ਕਿ ਡਾਂਕਾ ਪੁਜਾਰੀ ਦਾ ਸਾਰੇ ਬਜਾਓ, ਰਹੋ ਜਾ ਕੈਨੇਡਾ ਪੰਜਾਬੀ ਵਿਖਾਓ। ਭਾਵੇਂ ਮਾਰਕਟ ਕੈਨੇਡਾ ਦੇ ਸੁੱਖਾਂ ਦੀਆਂ ਗੱਲਾਂ ਕਰਦਾ ਹੈ, ਪਰ ਉਸਨੂੰ ਵੀ ਅਜੇ ਪਿੱਛੇ ਦੀ ਯਾਦ ਆਉਣੀ ਸੁਭਾਵਿਕ ਹੈ। ਵਡੇਰੀ ਉਮਰ ਵਿੱਚ ਮਾਰਕਟ ਕੈਨੇਡਾ ਆਇਆ ਹੈ, ਇਸ ਕਰਕੇ ਉਸਨੂੰ ਆਪਣੇ ਆਪ ਨੂੰ ਇੱਥੋਂ ਦੇ ਮੁਤਾਬਕ ਰਹਿਣਾ ਮੁਸ਼ਕਲ ਲੱਗਦਾ ਹੈ। ਇਹੋ ਜਿਹਾ ਅਨੁਭਵ ਹੀ ਮਾਰਕਟ ਆਪਣੀ ਇੱਕ ਗਜ਼ਲ ਵਿੱਚ ਕਰਦਾ ਹੈ, ਅੱਧਾ ਹਿੱਸਾ ਆਪਣਾ ਜਾ ਕੇ ਪਿੱਛੇ ਰਹਿ ਗਿਆ ਦੂਰ ਕਿਤੇ, ਕਿਉਂ ਕਹਿੰਦੇ ਹੋ ਫਿਰ ਵੀ ਆਪਾਂ ਸਾਰੇ ਫਿਰਦੇ ਹਾਂ। ਸੱਚੀ ਗੱਲ ਹੈ, ਹਰ ਵੇਲੇ ਯਾਦ ਪਤਨ ਦੀ ਆਉਂਦੀ ਹੈ, ਕਾਰਾਂ ਵਿੱਚ ਵੀ ਮਨ ਤੋਂ ਹੋਏ ਭਾਰੇ ਭਾਰੇ ਫਿਰਦੇ ਹਾਂ, ਹਾਸੇ ਖੇਡ ਤਮਾਸੇ ਸਾਰੇ ਡਾਲਰ ਨੇ ਖਾ ਲਿੱਤੇ ਨੇ, ਹੁਣ ਤਾਂ ਮਾਰਕਟ ਬਣ ਕੇ ਹੰਝੂ ਖਾਰੇ ਖਾਰੇ ਫਿਰਦੇ ਹਾਂ। ਕੈਨੇਡਾ ਵਿੱਚ ਵਿਅਕਤੀ ਆਪਣੀ ਆਰਥਿਕ ਹਾਲਤ ਨੂੰ ਵਧੇਰੇ ਚੰਗੇਰੀ ਬਣਾਉਣ ਲਈ ਦਿਨ ਰਾਤ ਕੰਮ ਕਰਕੇ ਵਧੇਰੇ ਡਾਲਰ ਕਮਾ ਲੈਂਦਾ ਹੈ, ਪਰ ਦੂਜੇ ਪਾਸੇ ਉਸਨੂੰ ਨੇਕਾਂ ਅਲਾਮਤਾਂ ਲੱਗ ਜਾਂਦੀਆਂ ਹਨ, ਜੋ ਉਸਦੇ ਚੰਗੇਰੇ ਸੁਪਨਿਆਂ ਨੂੰ ਘੇਰਨ ਰਾਜ ਸਵਾਲ ਲੈ ਜਾਂਦੀਆਂ ਹਨ। ਲੋਕ ਬਸ ਮਨੁੱਖ ਵੀਕਐਂਡ ਵੀ ਨਹੀਂ ਮਨਾਉਂਦਾ, ਜਾ ਕਹੋ ਮਜ਼ਬੂਰੀ ਕਾਰਨ ਉਹ ਸਿਫਟਾਂ ਵਿੱਚ ਮੁੱਕੀ ਜਾ ਰਿਹਾ, ਨਸ਼ੇ ਦੀਆਂ ਗੋਲੀਆਂ ਖਾ ਕੇ ਸੋਨੇ ਵਰਗੀ ਦੇਹ ਨੂੰ ਛੱਤੀ ਰੋਗ ਲਾ ਕੇ ਵੀ ਡਾਲਰ ਕਮਾ ਰਿਹਾ ਹੈ। ਇਸੇ ਤਰ੍ਹਾਂ ਮਾਰਕਟ ਨੇ ਕੈਨੇਡੀਅਨ ਪੰਜਾਬੀ ਜੀਵਨ ਦੇ ਚੰਗੇਰੇ ਅਤੇ ਮਾੜੇ ਪ੍ਰਭਾਵਾਂ ਨੂੰ ਕਲਮਬੰਦ ਕੀਤਾ ਹੈ। ਜਿਵੇਂ ਪਹਿਲੇ ਲਿਖ ਚੁੱਕਾ ਹੈ ਕਿ ਮਾਰਕਟ ਵਡੇਰੀ ਉਮਰ 'ਚ ਕੈਨੇਡਾ ਆਇਆ ਹੈ, ਇਸ ਕਰਕੇ ਉਸਨੂੰ ਇੱਥੋਂ ਦੇ ਸੁੱਖ ਸਹੂਲਤਾਂ ਹੁੰਦੇ ਹੋਏ ਵੀ ਆਪਣੇ ਆਪ ਨੂੰ ਐਡਜਸਟ ਕਰਨਾ ਮੁਸ਼ਕਲ ਹੁੰਦਾ ਹੈ। ਇਹ ਹਰ ਅਜਿਹੇ ਵਿਅਕਤੀ ਦੀ ਦਾਸਤਾਨ ਹੈ, ਇਸ ਦਾ ਨਾ ਐਡਜਸਟ ਹੋਣ ਕਰਕੇ ਬੜਾ ਯਥਾਰਥ ਕਾਰਨ ਦੱਸਦਾ ਹੈ ਮਾਰਕਟ। ਰੁੱਖ ਵਰਗਾ ਹੈ ਮੇਰਾ ਮੈਂ, ਪੁੱਟ ਕੇ ਕਿਸੇ ਪੰਜਾਬ ਦੀ ਧਰਤੀ ਤੋਂ ਲਿਆ ਗੱਡਿਆ ਸਮੁੰਦਰੋਂ ਪਾਰ, ਪਰ ਜੜ੍ਹਾਂ ਤਾਂ ਰਹਿ ਗਈਆਂ ਉੱਥੇ। ਪੱਤਰ ਸੁੱਕਦੇ ਜਾਂਦੇ ਰੁੱਖ ਨਿਰਜਿੰਦ ਜਿਹਾ ਕੀ ਕਰਨਾ, ਅੱਗੇ ਜਾ ਕੇ ਲਿਖਦਾ ਰੱਬ ਦੇ ਵਾਸਤੇ ਕਦੇ ਨਾ ਪੁੱਟਿਓ ਰੁੱਖ, ਉਹ ਹੋਰ ਹੁੰਦੇ ਨੇ ਜੋ ਗਮਲਿਆਂ ਵਿੱਚ ਉੱਗਦੇ ਨੇ। ਮੇਰਾ ਰੁੱਖ ਤਾਂ ਧਰਤੀ ਨਹੀਂ ਫੜਦਾ, ਮੈਂ ਰੁੱਖ ਧੁੱਪ ਠੰਡ ਅਤੇ ਮੀਂਹ ਵਿੱਚ ਵੀ ਖੜ੍ਹਾ ਰਿਹਾ ਹਾਂ ਬਾਹਾਂ ਖਿਲਾਰੀ, ਕਦੇ ਨਾ ਸੁੱਕਾ ਜੇ ਜੜਹੀਨ ਨਾ ਕਰੇ ਕੋਈ। ਹਰਭਜਨ ਮਾਨ ਦੀਆਂ ਕਵਿਤਾਵਾਂ ਵਿੱਚ ਜਿੱਥੇ ਨਰੋਏ ਵਿਸ਼ਿਆਂ 'ਚੋਂ ਸੰਗੀਤਕ ਹੂਕ ਨਿਕਲਦੀ ਹੈ ਜੋ ਮਨ ਨੂੰ ਮੰਤਰ ਮੁਗਧ ਕਰਦੀ ਤੁਰੀ ਜਾਂਦੀ ਹੈ, ਕਵਿਤਾ ਅਤੇ ਗੀਤਾਂ ਦਾ ਸਰੋਧੀ ਜਾਂ ਸੁਣ ਕਾਰਨੀ ਪਾਠਕ ਸਰੋਤਾ ਉਸਦੀਆਂ ਰਚਨਾਵਾਂ ਦਾ ਆਨੰਦ ਮਾਣਦਾ ਹੈ। ਮਾਰਕਟ ਉੱਤਰੀ ਅਮਰੀਕਾ ਦੀਆਂ ਸਾਹਿਤਕ ਸੁਭਾਵਾਂ ਦਾ ਕਈ ਵਾਰ ਚੌਦਿਆਂ 'ਤੇ ਕੰਮ ਕਰ ਚੁੱਕਾ ਹੈ। ਵਾਹਿਗੁਰੂ ਜੀ ਕਾ ਖਾਲਸਾ।